ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਉਸ ਵੇਲੇ ਲੋਕਾਂ ਦੇ ਹੋਸ਼ ਉੱਡ ਗਏ ਜਦੋਂ ਉਹਨਾਂ ਦੇਖਿਆ ਕਿ ਕਈ ਪਲਟੀਆਂ ਖਾਂਦੀ ਹੋਈ ਇੱਕ ਹਰਿਆਣਾ ਨੰਬਰ ਕਾਰ ਪੁਲ ਤੋਂ ਹੇਠਾਂ ਡਿੱਗ ਗਈ। ਜ਼ਰਾ ਤੁਸੀਂ ਵੀ ਦੇਖੋ ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਇਹ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ। ਪੂਰੇ ਹਾਦਸੇ 'ਚ ਗਨੀਮਤ ਇਹ ਰਹੀ ਕਿ ਹਾਦਸੇ ਤੋਂ ਬਾਅਦ ਡਰਾਈਵਰ ਖੁਦ ਹੀ ਬਾਹਰ ਆਇਆ ਅਤੇ ਨੁਕਸਾਨੀ ਗਈ ਕਾਰ ਦੀਆਂ ਤਸਵੀਰਾਂ ਲੈਣ ਲੱਗਾ। ਮੌਕੇ 'ਤੇ ਖੜ੍ਹੇ ਲੋਕਾਂ ਦੇ ਮੁਤਾਬਿਕ ਜਿੱਥੇ ਕਾਰ ਆ ਕੇ ਆਪੇ ਸਿੱਧੀ ਹੋਈ ਉਸ ਥਾਂ 'ਤੇ ਅਕਸਰ ਭੀੜ ਰਹਿੰਦੀ ਹੈ, ਪਰ ਮੀਂਹ ਕਾਰਨ ਲੋਕ ਅੰਦਰ ਬੈਠੇ ਸਨ, ਇਸ ਕਰਕੇ ਵੱਡਾ ਹਾਦਸਾ ਟਲ ਗਿਆ। ਮੈਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਆਉਣ ਡਿਆ ਹਾਂ ਅਤੇ ਪਰਲੀ ਸਾਈਡ ਤੋਂ ਰੋਂਗ ਸਾਈਡ ਤੋਂ ਮੈਂ ਵੇਖਿਆ ਉੱਧਰੋਂ ਗੱਡੀ ਆਈ, ਪਤਾ ਨਹੀਂ ਉਹਨਾਂ ਨੇ ਬ੍ਰੇਕ ਮਾਰੀ ਜਾਂ ਨੀਂਦਰੇ 'ਚ ਹੀ ਕੀ ਵੀਰ ਪਤਾ ਨਹੀਂ ਲੱਗਾ, ਅਤੇ ਗੱਡੀ ਯਕਦਮ ਹੀ ਉੱਧਰੋਂ ਪਲਟੀਆਂ ਖਾਂਦੀ ਆਈ, ਇੱਥੇ ਆ ਕੇ ਆਪੇ ਸਿੱਧੀ ਹੋ ਗਈ। ਇੱਥੇ ਫਿਰ ਸ਼ੁਕਰ ਆ ਰੱਬ ਦਾ ਕਿ ਇੱਥੇ 4-5 ਬੰਦੇ ਕਹਿੰਦੇ ਚਾਹ ਪੀਂਦੇ ਰਹਿੰਦੇ, ਇੱਥੇ ਮਤਲਬ ਡੇਲੀ ਕੁਰਸੀਆਂ ਡਾ ਗਏ ਅਤੇ ਬਾਰਿਸ਼ ਹੋਣ ਡੀ ਉੱਪਰੋਂ ਅਤੇ ਉਹ ਸਾਰੇ ਅੰਦਰ ਬੈਠੇ ਹੀ ਖੇਡਦੇ, ਆਪਣਾ ਤਾਸ਼ ਤੂਸ਼ ਜੋ ਵੀ ਖੇਡਦੇ ਬਜ਼ੁਰਗ ਸਾਰੇ ਖੇਡਣ ਡੇ, ਅਤੇ ਰੱਬ ਵੱਲੋਂ ਕੋਈ ਹੈ ਨਹੀਂ ਸੀ ਇੱਥੇ, ਅਤੇ ਇੱਕ ਸਕੂਟਰੀ ਦੇ ਥੱਲੇ ਆਈ, ਬਾਕੀ ਆਪੇ ਪਲਟੀਆਂ ਖਾ ਖੋ ਕੇ ਸਿੱਧੀ ਹੋ ਗਈ ਗੱਡੀ। ਅਤੇ ਬਾਈ ਕਿੰਨੇ ਬੰਦੇ ਵਿੱਚ ਗੱਡੀ? ਇੱਕ ਹੀ ਜੀ। ਅਤੇ ਬੰਦਾ ਕਿੱਦਾਂ? ਬੰਦਾ ਚੰਗਾ ਭਲਾ ਫਿਰ ਨਿਕਲ ਗਿਆ ਬਾਹਰ ਜੀ, ਸਾਨੂੰ ਤਾਂ ਆਪ ਨਹੀਂ ਸਮਝਣ ਲੱਗੀ, ਮਾਰਾ ਰੱਖਣ ਵਾਲਾ। 4-5 ਬਾਜੀਆਂ ਪਈਆਂ ਗੱਡੀ ਦੀਆਂ, ਵੀਰ ਨੇ ਆਪੇ ਨਿਕਲ ਕੇ ਆਪੇ ਹੀ ਬਾਹਰ ਨਿਕਲ ਕੇ ਕਾਰ ਦੇ ਵਿੱਚੋਂ ਤਾਂ ਫੋਟੋਆਂ ਡੈ ਪਏ ਖਿੱਚਣ। ਬੰਦੇ ਦਾ ਨਹੀਂ ਜੀ ਪਤਾ ਲੱਗਾ ਬਾਈ। ਪਠਾਨਕੋਟ ਕਾਰ ਪਲਟੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਨੇ। ਬਿਊਰੋ ਰਿਪੋਰਟ, ਹਕੀਕਤ ਟੀਵੀ।